मेरा बच्चा है ना ये करे, या मैं उन्हें समझाना चाहती थी कि नहीं प्राइवेट स्कूल ना लो, यही नहीं है कि सरकारी स्कूल घट है, आजकल सरकारी स्कूल प्राइवेट स्कूल्स ना लो ज़्यादा आगे बढ़ रहे हैं। ओके, की बनना जिंदगी? मैं डॉक्टर बनना। वेरी गुड। कोई और बोलना चाहना? कोई और आ जाओ। सर एक तो गवर्नमेंट स्कूल की साढ़े स्कूल बसेस लगे ने, असि बहुत दूर तो आने गवर्नमेंट स्कूल। कितों आने तुसी? सर उधम सिंह नगर तो गणपति दे। कितना पै जांदा इत्थों? सर 4 किलोमीटर। शहर का 4 किलोमीटर तो आप ही काफ़ी दूर पे। यस सर, साइकिलिंग करके जाइए तो ट्रैफिक बहुत ज़्यादा होंगे, खतरा भी बहुत होंगे। अगर असं ऑटोस वगैरह भी चाहिए फिर उन्नी सेफ्टी नहीं होंगी। हूँ जो सू गवर्नमेंट ने बसिस लगवा दी है इतने, सू परसनल जी बसिस परसनल जो है फीमेल कंडक्टर रखे हुए साड़ी सेफ्टी के लिए, GPS भी है, कैमरा भी है। तो सर बस का जो फैसिलिटी है असं बहुत सेफ महसूस करते हैं बस के टाइम के। सर प्लस टू साइंस। इस तरह की जिस तरह बहुत सारी चेंजेस है, जिवें असीं प्राइवेट स्कूल दे विच उत्थे साडा इक्को ही साइंस लैब सीगा, हुण सर असीं इत्थे आए हां, साडे तीन अलग अलग साइंस लैब है, केमिस्ट्री लैब है, बायो लैब है, फिजिक्स लैब है। असीं थ्योरी दे नाल नाल प्रैक्टिकल्स नूं भी ज़्यादा टाइम दिंदे हां, ते सानूं प्रैक्टिकल चीज़ां साडे लई ज़्यादा जरूरी है तां जो सानूं प्रॉपर समझ आ सके उस चीज़। ਪੇਰੈਂਟਸ ਖੁਸ਼ ਨੇ? ਯੈਸ ਸਰ ਬਹੁਤ ਖੁਸ਼ ਨੇ। ਨਾਲੇ ਫੀਸ ਬਚ ਗਈ? ਯੈਸ ਸਰ, ਫੈਸਿਲਿਟੀ ਵਰਦੀ ਦਾ, ਨਾਲੇ ਕਿਤਾਬਾਂ ਦਾ, ਕਿੰਨਾ ਖਰਚਾ ਬਚ ਗਿਆ? ਯੈਸ ਸਰ, ਯੈਸ ਸਰ। ਇਸ ਤੋਂ ਹੋਰ ਕੋਈ ਬੋਲਣਾ ਚਾਹੁੰਦਾ? ਜੀ ਸਰ, ਕਮੀ NDA ਦਾ ਐਗਜ਼ਾਮ ਦੇ ਕੇ। ਅੱਛਾ, NDA ਦਾ ਐਗਜ਼ਾਮ ਦੇ? ਯੈਸ ਸਰ। ਕਿੱਥੇ? ਸਰ ਮੈਂ ਚੰਡੀਗੜ੍ਹ ਦੇ ਕੇ NDA ਦਾ ਐਗਜ਼ਾਮ ਤੇ ਮਾਈ ਪਾਪੋ ਨਹੀਂ ਸਰ, ਇੱਕ ਸਕੂਲ ਸੀ ਗਵਰਨਮੈਂਟ ਮਾਡਲ। ਅੱਛਾ ਅੱਛਾ, ਟੈਸਟ ਸੈਂਟਰ ਸੀ? ਸਰ ਮੈਂ ਉੱਥੇ ਲੈ ਕੇ ਆਈ ਸੀ ਆਪਣਾ ਚੰਡੀਗੜ੍ਹ ਦਾ ਐਗਜ਼ਾਮ। ਸਰ ਮੈਨੂੰ ਇੱਥੇ ਮਤਲਬ ਮੈਂ IAS ਬਣ ਜਾਂਦੀ ਕਰਕੇ, ਅਤੇ ਮੈਂ ਆਪਣੇ ਇਸ ਕਰਕੇ ਨੋਨ ਮੈਡੀਕਲ ਵਗੈਰਾ ਵੀ ਚੂਜ਼ ਕੀਤਾ, ਮਤਲਬ ਕਿ ਮੈਂ ਅੱਗੇ ਹੋਰ ਵਧੀਆ ਕਰ ਸਕਾਂ। ਅਤੇ ਸਰ ਇੱਥੇ ਫੈਸਿਲਿਟੀਜ਼ ਬਹੁਤ ਵਧੀਆ ਨੇ। ਫਸਟ ਆਫ ਆਲ ਸਾਨੂੰ ਫਰੀ ਆਫ ਕੋਸਟ ਮਿਲ ਰਿਹਾ ਸਭ ਕੁਛ, ਇੰਨੀ ਵਧੀਆ ਫੈਸਿਲਿਟੀਜ਼ ਸਾਨੂੰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਬਹੁਤ ਹੋਈ ਮਤਲਬ ਵਿਜ਼ਿਟ ਕਰਵਾਈ ਗਈ ਸਾਨੂੰ, ਅਤੇ ਸਾਨੂੰ ਸਾਇੰਸ ਸਿਟੀ ਬਹੁਤ ਵਾਰ ਲੈ ਕੇ ਗਏ ਹੈਗੇ। ਮੈਂ 2% ਮੈਂ 2 ਦੇ ਗਿਆ, ਅਤੇ ਸਾਨੂੰ ਮਤਲਬ ਅਤੇ ਮੇਰੇ ਨਾ ਟੀਚਰਸ ਵੀ ਮੈਨੂੰ ਬਹੁਤ ਹੈਲਪ ਕੀਤੀ ਸੀ ਵੀ NDA ਐਗਜ਼ਾਮ ਵਾਸਤੇ। ਮੈਂ ਉਹਨਾਂ ਤੋਂ ਪੁੱਛਿਆ ਮੈਮ ਮੈਂ ਕਿਵੇਂ ਵਧੀਆ ਇੰਪਰੂਵ ਕਰ ਸਕਦੀ ਹਾਂ, ਉਹਨਾਂ ਨੇ ਮੈਨੂੂੰ ਬਹੁਤ ਹੈਲਪ ਕੀਤੀ ਵੀ ਤੂੰ ਮਤਲਬ ਕਿਵੇਂ ਕਿਵੇਂ ਇੰਪਰੂਵ ਕਰ ਸਕਦੀ ਹਾਂ। ਮੈਥਸ 'ਚ ਮੈਨੂੰ ਬਹੁਤ ਹੈਲਪ ਕੀਤੀ ਹੈ, ਅਤੇ ਮੈਨੂੰ ਪਰਸਨਲੀ ਉਹਨਾਂ ਨੇ ਮੋਟੀਵੇਟ ਵੀ ਕੀਤਾ ਕਿ ਹਾਂ ਵੀ ਮਤਲਬ ਤੂੰ ਪੇਰੈਂਟਸ ਕੀ ਕਰਦੇ ਨੇ? ਸਰ ਮੇਰੇ ਫਾਦਰ ਇੰਜੀਨੀਅਰ ਹੈ ਅਤੇ ਮੇਰੀ ਮੰਮਾ ਹਾਊਸ ਵਾਈਫ ਨੇ। ਅੱਛਾ, ਇੰਜੀਨੀਅਰ ਦੀ ਬੇਟੀ, ਅਤੇ ਉਹਨਾਂ ਨੇ ਸਰਕਾਰੀ ਸਕੂਲ ਚੂਜ਼ ਕੀਤਾ? ਜੀ ਹਾਂਜੀ। ਵੈਰੀ ਗੁੱਡ। ਕੁਛ ਨੇ ਜੀ? ਬਹੁਤ ਕੁਛ ਨੇ ਜੀ। ਜਦੋਂ ਮੈਨੂੰ ਲਵਾਇਆ ਸੀ ਮੈਂ 7 'ਚ ਰੱਖੀ ਸੀ ਸਕੂਲ 'ਚ, ਅਤੇ ਬਹੁਤ ਜ਼ਿਆਦਾ ਇੰਪਰੂਵਮੈਂਟ ਆਈ ਹੈ। ਮੇਰੇ ਪੇਰੈਂਟਸ ਆਪ ਮੈਨੂੰ ਕਹਿੰਦੇ ਕਿ ਬਹੁਤ ਅਸੀਂ ਮਤਲਬ ਪਹਿਲਾਂ 2 ਸ਼ਿਫਟਾਂ ਚੱਲਦਾ ਸੀ ਸਕੂਲ, ਹੈ ਨਾ, ਕਿਉਂਕਿ ਕਮਰੇ ਘੱਟ ਸੀ, ਬੱਚੇ ਜ਼ਿਆਦਾ ਸੀ, ਹੁਣ ਤਾਂ ਇੱਕ ਸ਼ਿਫਟ 'ਚ ਹੋ ਗਿਆ ਜੀ। ਮਤਲਬ ਉਹ ਨਾ ਮਤਲਬ ਮੈਨੂੰ ਆਪ ਕਹਿੰਦੇ ਕਿ ਅਸੀਂ ਬਹੁਤ ਜ਼ਿਆਦਾ ਸਾਡਾ ਬੈਸਟ ਡਿਸੀਜਨ ਸੀ ਵੀ ਤੈਨੂੰ ਅਸੀਂ ਗਵਰਮੈਂਟ ਸਕੂਲ 'ਚ ਲਗਾਇਆ ਹੈਗਾ, ਇੰਨਾ ਸਾਨੂੰ ਵਧੀਆ ਰਹਿੰਦਾ ਸਾਨੂੰ। ਮਤਲਬ ਉਹ ਮੈਨੂੰ ਕਹਿੰਦੇ ਕਿ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਕਿ ਤੇਰੇ ਫਿਊਚਰ ਵਾਸਤੇ, ਕਿਉਂਕਿ ਮੈਨੂੰ ਵਧੀਆ ਸਕੂਲ 'ਚ ਪੜ੍ਹਦੀ ਹੈ। ਗੁੱਡ ਲੱਕ। ਪੇਰੈਂਟਸ ਨੂੰ ਤੁਸੀਂ ਮਨਾਇਆ ਜਾਂ ਪੇਰੈਂਟਸ ਨੇ ਕਿਹਾ? ਪੇਰੈਂਟਸ ਨੂੰ ਜੀ ਬਹੁਤ ਕੁਛ ਪਤਾ ਲੱਗਿਆ ਸਕੂਲ ਬਾਰੇ ਵੀ, ਸਕੂਲ ਬਹੁਤ ਵਧੀਆ ਹੈ, ਸਿਕਿਉਰਿਟੀ ਹੈ ਅਤੇ ਟੀਚਰਸ ਬਹੁਤ ਹਾਰਡ ਵਰਕਿੰਗ ਨੇ, ਤਾਂ ਕਰਕੇ ਪੇਰੈਂਟਸ ਨੇ ਵੀ ਤਾਂ ਮੇਰਾ ਬਹੁਤ ਮਨ ਸੀ ਮੈਂ ਇੱਕ ਗੌਰਮੈਂਟ ਸਕੂਲ ਦੇ ਵਿੱਚ ਪੜ੍ਹਾਂ। ਅਤੇ ਕਿਉਂਕਿ ਮੈਂ ਸੁਣਦੀ ਸੀ ਗੌਰਮੈਂਟ ਸਕੂਲ ਦਾ ਕੰਪੀਟੀਸ਼ਨ ਕਿੰਨਾ ਹੈ, ਪ੍ਰਾਈਵੇਟ ਸਕੂਲ ਦੇ ਨਾਲ ਵਧੀਆ ਬੱਚੇ ਪੜ੍ਹ ਰਹੇ ਨੇ ਗੌਰਮੈਂਟ ਸਕੂਲ ਦੇ ਵਿੱਚ, ਤਾਂ ਕਰਕੇ ਮੈਂ ਸੋਚਿਆ ਵੀ ਮੈਂ ਗੌਰਮੈਂਟ ਸਕੂਲ 'ਚ ਜਾਣਾ। ਅਤੇ ਇੱਥੇ ਅਕਸਰ ਪਤਾ ਲੱਗਿਆ ਟੀਚਰਸ ਇੰਨੇ ਕੋਪਰੇਟਿਵ ਨੇ, ਜੇ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਟੀਚਰਸ ਖੁਦ ਮੋਟੀਵੇਟ ਕਰਦੇ ਆ। ਲਾਇਬ੍ਰੇਰੀ ਦੇ ਵਿੱਚ ਰੈਫਰੈਂਸ ਬੁੱਕਸ ਪਈਆਂ ਨੇ, NCERT ਤੋਂ ਇਲਾਵਾ ਤੁਸੀਂ ਰੈਫਰੈਂਸ ਬੁੱਕਸ ਪੜ੍ਹ ਸਕਦੇ ਹੋ। ਹੋਰ ਸਰ NSS NCC ਜਿਹੜੇ ਕਲੱਬ ਨੇ, PS ਕਲੱਬ ਨੇ, ਉਹ ਇੱਥੇ ਇੱਕ ਸੋਸ਼ਲ ਵੈਲਫੇਅਰ ਬਾਰੇ ਦੱਸਦੇ ਆ, ਮਤਲਬ ਸਟੱਡੀ ਤੋਂ ਇਲਾਵਾ ਤੁਸੀਂ ਸਮਾਜ ਲਈ ਕੀ ਕਰ ਸਕਦੇ ਹੋ। ਵੈਰੀ ਗੁੱਡ ਸਰ, ਬਹੁਤ ਚੰਗਾ ਲੱਗਿਆ। ਕੀ ਬਣਨਾ ਅੱਗੇ ਜਾ ਕੇ? IAS ਅਫਸਰ ਬਣਨਾ ਸਰ। ਤਿਆਰੀ ਕਰ ਲਈ ਫਿਰ? ਹਾਂਜੀ, ਹੈ ਨਾ। ਵੈਰੀ, ਟੀਚਰਸ ਬਹੁਤ ਸਿਖਾਉਂਦੇ ਆ ਜੀ, ਜਨਰਲ ਨੌਲੇਜ ਵੀ ਦਿੰਦੇ ਆ। ਬਣ ਜਾਓਗੇ ਜੀ ਤੁਸੀਂ ਟੀਚਰ ਅੱਗੇ? ਪੱਕਾ ਜੀ। ਗੁੱਡ, ਥੈਂਕ ਯੂ, ਸ਼ੁਭਕਾਮਨਾਵਾਂ ਤੁਹਾਡੇ ਕਰੀਅਰ ਲਈ। ਅਤੇ ਮੈਨੂੰ ਉਮੀਦ ਹੈ ਜੋ ਜੋ ਤੁਸੀਂ ਸੋਚਿਆ ਹੋਇਆ ਬਣੋਗੇ, ਆਪਣੇ ਮਾਪਿਆਂ ਦਾ ਔਰ ਆਪਣੇ ਪੰਜਾਬ ਦਾ ਔਰ ਆਪਣੇ ਦੇਸ਼ ਦਾ ਨਾਮ ਰੋਸ਼ਨ। ਗੁੱਡ ਲੱਕ।